ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਵਨ ਸਿੰਘ ਮਾਈ ਟੀਵੀ ਦੇ ਸਟੂਡੀਓ ਤੋਂ ਅੱਜ ਦਾ ਮਾਈ ਸ਼ੋਅ ਮਾਈ ਲਾਈਫ ਲੈ ਕੇ ਹਾਜ਼ਰ ਹਾਂ। ਔਰ ਮੇਰੇ ਨਾਲ ਮੇਰੇ ਬੈਠੇ ਨੇ ਅੱਜ ਦੇ ਗੈਸਟ ਜੋ ਨੇ ਬਹੁਤ ਹੀ ਕਰੀਬੀ ਦੋਸਤ, ਭਾਜੀ ਪਰਮਜੀਤ ਸਿੰਘ ਜੀ ਹੋਣੀ। ਸਤਿ ਭਾਜੀ ਸ਼੍ਰੀ ਅਕਾਲ ਪਰਮਜੀਤ ਜੀ। ਸਿੰਘ ਜੀ ਹੋਣੀ, ਵਿਊਅਰਸ ਨੂੰ ਤੁਸੀਂ ਇੰਟਰੋਡਕਸ਼ਨ ਦੇ ਦਿਓ ਆਪਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੀਤ ਹਾਂ ਜੀ, ਪਰਮਜੀਤ ਸਿੰਘ, ਪਵਨ ਹੋਣਾ ਦਾ ਦੋਸਤ, ਅਤੇ ਮੈਂ ਵਾਸ਼ਿੰਗਟਨ DC ਦਾ ਵਾਸੀ ਹਾਂ ਪਿਛਲੇ 14-15 ਸਾਲ ਤੋਂ। ਸੋ ਅਸੀਂ ਪਹਿਲਾਂ ਵੀ ਭਾਜੀ ਪਰਮਜੀਤ ਸਿੰਘ ਹੋਣਾ ਨੂੰ ਆਪਣੇ ਸਟੂਡੀਓ ਦੇ ਵਿੱਚ ਲਿਆ ਕੇ ਅਤੇ ਤੁਹਾਡੇ ਰੂਬਰੂ ਕਰਵਾਉਂਦੇ ਰਹੇ ਹਾਂ। ਪਹਿਲਾਂ ਸਾਡਾ ਟੌਪਿਕ ਜੋ ਰਿਹਾ ਹੈ ਕਿ ਹਿੰਦੁੱਤਵਾ ਦਾ ਜਾਂ ਕੈਸਟ ਸਿਸਟਮ ਦਾ, ਜਾਂ ਜੋ ਇੰਡੀਆ ਦੇ ਵਿੱਚ ਡਿਸਕ੍ਰਿਮੀਨੇਸ਼ਨ ਬੇਸਡ ਔਨ ਕੈਸਟ ਹੁੰਦੀ ਆ, ਉਹਦਾ ਸਿੱਖੀ ਦੇ ਨਾਲ ਕਿਵੇਂ ਵਿਰੋਧ ਰਿਹਾ ਹੈ। ਅੱਜ ਅਸੀਂ ਗੱਲ ਕਰਾਂਗੇ ਹਿੰਦੁੱਤਵਾ ਇਨ ਦਾ ਵੈਸਟਰਨ ਵਰਲਡ, ਕਿ ਜਿਹੜਾ ਇਹ ਹਿੰਦੁੱਤਵਾ ਦਾ ਏਜੰਡਾ ਹੈ, ਹਾਊ ਇਟਸ ਬਿਨ ਸਪਰੈਡਿੰਗ ਇਨ ਦਾ ਵੈਸਟਰਨ ਵਰਲਡ ਓਵਰ ਦਾ ਲਾਸਟ 20 to 30 years। ਸੋ ਕਿਉਂਕਿ ਬਹੁਤ ਤੇਜ਼ੀ ਦੇ ਨਾਲ ਜੋ ਉਹਨਾਂ ਦਾ ਇਨਫਲੂਐਂਸ ਹੈ ਉਹ ਵੱਧ ਰਿਹਾ ਹੈ। ਜਿਵੇਂ ਕਿ ਪਿਛਲੇ ਮਹੀਨੇ ਹੀ ਜਿਹੜੀ ਵਰਲਡ ਹਿੰਦੂ ਕਾਂਗਰਸ ਹੈ, ਸੈਕਿੰਡ ਵਰਲਡ ਹਿੰਦੂ ਕਾਂਗਰਸ ਜਿਹੜੀ ਉਹ ਸ਼ਿਕਾਗੋ ਦੀ ਧਰਤੀ 'ਤੇ ਅਮੈਰੀਕਨ ਹਾਟਲੈਂਡ ਦੇ ਵਿੱਚ ਹੋਈ ਹੈ। ਭਾਜੀ ਪਰਮਜੀਤ ਸਿੰਘ ਜੀ, ਤੁਸੀਂ ਵੀ ਸੁਣਿਆ ਹੀ ਹੋਏਗਾ ਕਿ ਜੋ ਵਰਲਡ ਹਿੰਦੂ ਕਾਂਗਰਸ ਹੋਈ ਹੈ ਉੱਥੇ ਮੋਹਨ ਭਗਵਤ ਵੀ ਹੈ ਜਿਸਨੇ ਹਾਜ਼ਰੀ ਭਰੀ ਹੈ। ਹਾਂਜੀ ਹਾਂਜੀ। ਸੋ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਅਸੀਂ ਪਹਿਲਾਂ ਸੋਚਦੇ ਸੀਗੇ ਕਿ ਸ਼ਾਇਦ ਉਹ ਸਿਰਫ ਇੰਡੀਆ ਤੱਕ ਹੀ ਲਿਮਿਟਡ ਨੇ, ਸੋ ਅਸੀਂ ਜਦੋਂ ਇੰਡੀਆ ਤੋਂ ਬਾਹਰ ਆ ਜਾਂਦੇ ਸੀ ਸਾਨੂੰ ਲੱਗਦਾ ਸੀ ਕਿ ਸਾਡਾ ਫਿਊਚਰ ਜੋ ਹੈ ਉਹ ਸੇਫ ਹੈ, ਸਾਡੇ ਬੱਚਿਆਂ ਦਾ ਭਵਿੱਖ ਹੈ ਉਹ ਬਿਲਕੁਲ ਸੁਰੱਖਿਅਤ ਹੈ। ਕਿਹਦੇ ਬਾਰੇ ਕੀ ਸੋਚਦੇ ਹੋ ਤੁਸੀਂ ਅੱਜ ਕੱਲ੍ਹ? ਦੇਖੋ ਜੀ, ਲਾਸਟ 5 ਸਾਲਾਂ ਦੇ ਵਿੱਚੋਂ BJP ਗਵਰਨਮੈਂਟ ਸਰਕਾਰ ਦੇ ਵਿੱਚ ਹੈ, ਈਵਨ ਉਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਿਆ ਹੈ ਉਹ ਆਪਣੀ ਕੰਟਰੀ ਦੇ ਤਾਂ ਉਹਨਾਂ ਨੇ ਕੰਟਰੋਲ ਕਰਨ ਦਾ ਪੂਰਾ ਚਾਂਸ ਉਹਨਾਂ ਨੇ, ਜੋ ਤੁਹਾਨੂੰ ਜਿੱਦਾਂ ਪਤਾ ਹੀ ਹੈ ਕਿ ਮੀਡੀਆ ਅਤੇ ਜੋ ਵੀ ਉੱਥੇ ਦੇ ਜੁਡੀਸ਼ਰੀ ਵਗੈਰਾ ਉਹਨਾਂ ਨੇ ਆਪਣੇ ਕੰਟਰੋਲ 'ਚ ਹੀ ਰੱਖਿਆ ਹੋਇਆ, ਅਤੇ ਬਸ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ, ਕਿਉਂਕਿ ਅੱਜ ਕੱਲ੍ਹ ਯੂ ਨੋ ਦੈਟ ਕਿ ਆਪਣੀ ਕੰਪਨੀ ਕੰਟਰੀ ਦੇ ਵਿੱਚ ਥਰੂ ਲੋਟ ਆਫ ਕਰਪਸ਼ਨ ਐਂਡ ਅਦਰ ਮੀਨਸ ਦੱਸੋ ਉਹਨਾਂ ਦੇ ਕੋਲ ਕਾਫੀ ਪੈਸਾ ਇਕੱਠਾ ਹੋ ਜਾਂਦਾ, ਦੇ ਹੈਵ ਲੋਟ ਆਫ ਮਨੀ ਐਂਡ ਦੇ ਲੁਕਿੰਗ ਟੂ ਇਨਵੈਸਟ ਇਨ ਟੂ ਦਾ ਯੂ ਨੋ ਅਦਰ ਕੰਟਰੀਜ਼ ਵੇਅਰ ਆਰ ਇੰਡੀਅਨਸ ਆਰ ਦੇ ਆਰ, ਸੋ ਦੈਟ ਦੇ ਕੈਨ ਇਨਕਰੀਜ਼ ਦੇਅਰ ਇਨਫਲੂਐਂਸ ਅਦਰ ਵਰਡਸ, ਐਂਡ ਆਲਸੋ ਕਿ ਜਿਹੜੇ ਕਿ ਉਹਨਾਂ ਦੇ ਇੱਧਰ ਦੇ ਕਾਂਗਰਸ ਮੈਂਬਰ ਹੈ, ਜੇ ਉਹਨਾਂ ਨੂੰ ਹੱਥ 'ਚ ਰੱਖ ਲੈਣਗੇ ਦੈਨ ਆਲਸੋ ਦੇ ਕੈਨ ਉਹ ਉੱਦਾਂ ਦੀਆਂ ਪੋਲਿਸੀਆਂ ਬਣਾ ਸਕਦੇ ਆ ਜਿਹੜੀਆਂ ਕਿ ਉਹਨਾਂ ਨੂੰ ਉਹਨਾਂ ਦੇ ਵਾਸਤੇ ਜਿਹੜੀਆਂ ਕਿ ਫਿਊਚਰ ਦੇ ਵਿੱਚ ਉਹਨਾਂ ਨੂੰ ਹੋਰ ਗਰੋ ਕਰਨ 'ਚ ਹੈਲਪ ਕਰਨਗੀਆਂ। ਜੀ, ਜਿਵੇਂ ਕਿ ਅਸੀਂ ਦਲਿਤ ਭਾਈਚਾਰੇ ਦੀ ਗੱਲ ਕਰੀਏ, ਕਿਉਂਕਿ ਜਿਹੜਾ ਦਲਿਤ ਭਾਈਚਾਰਾ ਹੈ ਉਹ ਜਿਹੜਾ ਅਮਰੀਕਾ ਦਾ ਵਾਸੀ ਹੈ ਉਹ ਦੱਸਦੇ ਨੇ ਕਿ ਦੇ ਡੂ ਫੇਸ ਕੈਸਟ ਬੇਸਡ ਡਿਸਕ੍ਰਿਮੀਨੇਸ਼ਨ ਹੀਅਰ ਇਨ ਦਾ US। ਹਾਲਾਂਕਿ ਡਿਸਕ੍ਰਿਮੀਨੇਸ਼ਨ ਬੇਸਡ ਔਨ ਕਲਰ, ਕ੍ਰੀਡ, ਕੈਸਟ, ਮਤਲਬ ਜਿਹੜਾ ਆਪਣਾ ਰਿਲੀਜਨ ਦੀ ਗੱਲ ਕਰ ਦਿੰਦੇ ਹਾਂ, ਐਥਨੀਸਿਟੀ ਦੀ ਗੱਲ ਕਰਦੇ, ਨੈਸ਼ਨਲ ਓਰੀਜਨ ਦੀ ਗੱਲ ਕਰਦੇ ਹਾਂ, ਇਟ ਇਜ਼ ਅਗੇਂਸਟ ਦ ਲਾਅ ਹੀਅਰ ਇਨ ਦਾ US, ਬਟ ਦੇਰ ਆਰ ਪੀਪਲ ਹੂ ਸਟਿਲ ਫੇਸ ਦੈਟ ਡਿਸਕ੍ਰਿਮੀਨੇਸ਼ਨ ਬੇਸਡ ਔਨ ਕੈਸਟ, ਅਸਪੈਸ਼ਲੀ ਵੇਅਰ ਦੇਰ ਇਜ਼ ਅ ਲਾਰਜ ਪਾਪੂਲੇਸ਼ਨ ਆਫ ਕੈਸਟ ਹਿੰਦੂਜ਼, ਵੈਦਰ ਇਟਸ ਐਡਿਸਨ ਨਿਊ ਜਰਸੀ, ਵੈਦਰ ਇਟਸ ਕੈਲੀਫੋਰਨੀਆ, ਔਰ ਵੈਦਰ ਇਟਸ ਇਨ ਦ ਮਿਡ ਵੈਸਟਰਨ ਸਟੇਟ ਆਫ ਇਲਨੋਏ ਅਰਾਊਂਡ ਦ ਸ਼ਿਕਾਗੋ ਏਰੀਆ, ਦੇਰ ਇਜ਼ ਅ ਬਿਗ influence of caste-based Hindus, and those people do discriminate against others. ਹੁਣ ਆਪਾਂ ਗੱਲ ਕਰਾਂਗੇ ਕਿ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੇ ਸਿਲੇਬਸ ਚੇਂਜ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਦੇ ਵਾਂਟ ਟੂ ਰਿਮੂਵ ਦ ਟਰਮ ਅਨਟਚਬਲ, ਦੇ ਵਾਂਟ ਟੂ ਰਿਮੂਵ ਦ ਟਰਮ ਦਲਿਤ, ਸੋ ਵੇਅਰ ਦੇ ਆਰ ਸ਼ੋਇੰਗ ਦ ਵੈਸਟਰਨ ਮੀਡੀਆ ਦੈਟ ਦੇ ਆਰ ਦ ਵਨਸ ਹੂ ਆਰ ਬੀਂਗ ਵਿਕਟਮਾਈਜ਼ਡ, ਦੇ ਆਰ ਆਲਸੋ ਗਰੋਇੰਗ ਦੀ ਇਨਫਲੂਐਂਸ ਐਂਡ ਦੇ ਆਰ ਟ੍ਰਾਇੰਗ ਟੂ ਪਾਸ ਦ ਲਾਜ਼ ਵੇਅਰ ਇਟ ਗੈਟਸ ਟਫਰ to prosecute someone who has been discriminating others based on caste. So Paramjit Paji, tusi India de vich vi time jada kafi bateet kita hai, so tuhanda koi first hand experience change da reha hove jithe inna da influence jo hai vadh reha hai, koi aisi political party hove jivein ke aam taur te jivein sikhan diyan partiyan taiyar kardiyan ji, dalitan di political party hai, par jadon tak system de vich koi change nahi aundi, they are mere jivein aapa keh dende ha ke puppets ne oh ਬ੍ਰਾਹਮਣਵਾਦੀ ਸੋਚਦੇ ਕਿ ਜਦੋਂ ਤੱਕ ਸਿਸਟਮ ਨਹੀਂ ਚੇਂਜ ਹੁੰਦਾ, ਪੋਲੀਟੀਕਲ ਪਾਰਟੀ ਬਣਾ ਵੀ ਦਿੱਤੀ, ਆਪਣੇ ਪੈਸੇ ਦੇ ਕੇ ਉਹਨਾਂ ਨੂੰ ਤਿਆਰ ਕਰ ਦਿੰਦੇ ਨੇ ਜੀ, ਇਹ ਤੁਹਾਡੇ ਹੱਕਾਂ ਦੀ ਗੱਲ ਕਰਨਗੇ, ਪਰ ਸਾਨੂੰ ਸਭ ਨੂੰ ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਕਿੰਨੇ ਹੱਕਾਂ ਦੀ ਅਤੇ ਕਿਹਦਿਆਂ ਦੀ ਗੱਲ ਕਰਨੀ ਹੈ, ਸੋ ਉਸ ਦੇ ਬਾਰੇ ਕੋਈ ਚਾਨਣਾ ਪਾ ਸਕਦੇ ਜੀ ਤੁਸੀਂ ਸਾਡੇ ਵਿਊਅਰਸ ਦੇ ਨਾਲ? ਦੇਖੋ, ਮੈਜੋਰਟੀ ਆਫ ਜਿਹੜੀ ਸਾਡੀ ਕੰਟਰੀ ਆ ਉਹਨਾਂ ਨੂੰ ਆਪਣੀ ਰੀਅਲ ਹਿਸਟਰੀ ਬਾਰੇ ਤਾਂ ਪਤਾ ਨਹੀਂ ਹੈ, ਜਿਹੜੀ ਵੀ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਹਿਸਟਰੀ ਪੜ੍ਹਦੇ ਹਾਂ ਇਹ ਸਾਰੀ ਜੋ ਵੀ ਸਾਡੀ ਲੀਟ ਹੈ ਉਹਨਾਂ ਦੇ ਵੱਲੋਂ ਇਨਫਲੂਐਂਸਡ ਕੀਤੀ ਹੋਈ ਹਿਸਟਰੀ ਨੂੰ ਅਸੀਂ ਪੜ੍ਹਦੇ ਹਾਂ। ਈਵਨ ਤੁਸੀਂ, ਮੈਂ ਪੰਜਾਬ ਬੋਰਡ ਐਜੂਕੇਸ਼ਨ 'ਚ ਪੜ੍ਹਿਆ, ਉਹਦੇ ਵਿੱਚ ਸਿੱਖ ਹਿਸਟਰੀ ਬਾਰੇ ਬਹੁਤ ਜ਼ਿਆਦਾ, ਈਵਨ ਸਾਡੇ ਪੰਜਾਬ ਵਿੱਚ ਵੀ ਬਹੁਤ ਜ਼ਿਆਦਾ ਕੋਈ ਮੈਂ ਨਹੀਂ ਪੜ੍ਹ ਸਕਿਆ ਕਿ ਉਹਦੇ ਜਿਹੜੀਆਂ ਜੋ ਕੁਛ ਵੀ ਮੈਂ ਪੜ੍ਹਿਆ ਹੈ, ਜਿਹੜੀਆਂ ਕਿ ਬੁੱਕਸ ਮੈਂ ਬਾਹਰੋਂ ਖਰੀਦ ਕੇ ਪੜ੍ਹੀਆਂ ਹਨ ਉਹਨਾਂ ਦੇ ਵਿੱਚ ਮੈਂ ਪੜ੍ਹਿਆ ਹੈ ਕੋਈ ਵੀ, ਇਸ ਕਰਕੇ ਉਹ ਜਾਗਰੂਕਤਾ ਆਉਣ ਹੀ ਨਹੀਂ ਦੇਣਾ ਚਾਹੁੰਦੇ ਹੈਗੇ ਆਮ ਜਨਤਾ ਦੇ ਵਿੱਚ
ਕਿ ਉਹਨਾਂ ਨੂੰ ਇਹ ਗੱਲ ਸਮਝ ਸਕੇ, ਉਹ ਇਹ ਗੱਲ ਸਮਝ ਸਕਣ ਕਿ ਕੀ ਪ੍ਰੋਬਲਮ ਹੈ, ਕਿ ਇਸ ਇਹ ਇੱਕ ਸਿਸਟਮੈਟੀਕਲ ਵੇ ਹੈ ਕਿ ਉਹ ਕਿਸ ਤਰ੍ਹਾਂ ਜਿਹੜੇ ਕਿ ਅੰਡਰ ਪ੍ਰਿਵਲੇਜ ਪੀਪਲ ਹੈ ਜਾਂ ਉਹਨਾਂ ਨੂੰ ਅਨਐਜੂਕੇਟ ਰੱਖ ਕੇ, ਤੁਹਾਨੂੰ ਪਤਾ ਹੀ ਹੈ ਕਿ ਉੱਥੇ ਦਾ ਸਰਕਾਰੀ ਸਿਸਟਮ, ਸਕੂਲ ਸਿਸਟਮ ਕਿੱਦਾਂ ਦਾ ਹੈ, ਉਹ ਲੋਕਾਂ ਨੂੰ ਜਿੰਨਾ ਘੱਟ ਤੋਂ ਘੱਟ ਐਜੂਕੇਟ ਕਰਨਾ ਚਾਹੁੰਦੇ ਆ, ਕਿਉਂਕਿ ਸ਼ੁਰੂ ਪੁਰਾਣੇ ਗ੍ਰੰਥਾਂ 'ਚ ਵੀ ਇਹ ਲਿਖਿਆ ਕਿ ਜਿਹੜੇ ਥੱਲੇ ਦੇ ਲੋਕ ਆ ਉਹਨਾਂ ਨੂੰ ਤੁਹਾਨੂੰ ਐਜੂਕੇਸ਼ਨ ਦੇਣ ਦੀ ਜ਼ਰੂਰਤ ਨਹੀਂ ਹੈ, ਅਤੇ ਇਨਫਲੂਐਂਸ ਜੋ ਅਲੀਟ ਹੈਗੇ ਆ ਬ੍ਰਾਹਮਣ ਸੀਗੇ ਉਹਨਾਂ ਨੇ ਆਪਣੇ ਕੋਲ ਹੀ ਰੱਖਿਆ, ਖੁਦ ਪੜ੍ਹਦੇ ਸੀ ਜਾਂ ਅੱਗੇ ਜਿਹਨੂੰ ਪੜ੍ਹਾ ਚਾਹੁੰਦੇ ਸੀ ਉਹ ਖੁਦ ਹੀ ਪੜ੍ਹਾਉਂਦੇ ਸੀਗੇ, ਅਤੇ ਦੈਟ ਵਾਜ਼ ਦ ਮੇਨ ਥਿੰਗ, ਅਤੇ ਅੱਜ ਵੀ ਉਹ ਸੇਮ ਹੀ ਸਿਸਟਮ ਦੇ ਉੱਪਰ ਜਿੰਨਾ ਵੀ ਵੱਧ ਤੋਂ ਵੱਧ ਉਹ ਇਹ ਕੋਸ਼ਿਸ਼ ਕਰਦੇ ਆ ਕਿ ਆਮ ਜਿਹੜੀ ਜਨਤਾ ਹੈ ਉਹਨੂੰ ਵੱਧ ਐਜੂਕੇਸ਼ਨ ਨਾ ਲੈ ਸਕਣ, ਈਵਨ ਬੇਸਿਕ ਐਜੂਕੇਸ਼ਨ ਵੀ ਨਹੀਂ, ਅਤੇ ਫਿਰ ਉਹ ਆਪਣਾ ਦਿਮਾਗ ਬੰਦਾ ਵੈਸੇ ਨਹੀਂ ਯੂਜ਼ ਕਰ ਸਕਦਾ। ਹੁਣ ਤੁਸੀਂ ਦੇਖਦੇ ਆ ਕਿ ਇੰਡੀਆ ਦੇ ਵਿੱਚ ਕਾਫੀ ਡੇਰਾਬਾਦ ਜਾਂ ਹੋਰ ਵੱਧ ਤੋਂ ਜ਼ਿਆਦਾ ਮੇਰੇ ਖਿਆਲ ਪਰ ਕੈਪਟਨ ਦੇ ਹਿਸਾਬ ਦੇ ਨਾਲ ਜੇ ਕਿਤੇ ਰਿਲੀਜੀਅਸ ਥਾਵਾਂ ਹੋਣਗੀਆਂ ਤਾਂ ਉਹ ਮੇਰੇ ਖਿਆਲ ਇੰਡੀਆ ਹੋਏਗਾ, ਕਿਉਂਕਿ ਜਿਹੜੇ ਘੱਟ ਪੜ੍ਹੇ ਲਿਖੇ ਆ ਉਹਨਾਂ ਨੂੰ ਥਰੂ ਰਿਲੀਜਨ ਤੁਸੀਂ ਜਿੱਧਰ ਮਰਜ਼ੀ ਚੇਂਜ ਕਰ ਸਕਦੇ ਆ, ਫਾਲਸ ਰਿਲੀਜਨ ਜਿਵੇਂ ਸੂਡੋ ਰਿਲੀਜਨ ਆਪਾਂ ਜਿਹਨੂੰ ਗੱਲ ਕਰਦੇ ਆ, ਚਾਹੇ ਉਹ ਤੁਸੀਂ ਉਹਨੂੰ ਡੇਰਾਵਾਦ ਕਹਿ ਲਓ ਜਾਂ ਤੁਸੀਂ ਉਹਨੂੰ ਹਿੰਦੂਤਵਾ ਕਹਿ ਲਓ ਜਾਂ ਹੋਰ ਰਿਲੀਜੀਅਨਸ, ਝੂਠਾ ਗੁਰੂ ਡੰਮ ਜਿਹੜਾ ਤਿਆਰ ਕੀਤਾ ਗਿਆ, ਹਾਂਜੀ ਹਾਂਜੀ, ਇਟਸ ਵੈਰੀ ਈਜ਼ੀ ਵੇ, ਅਤੇ ਉਹਦੇ ਵਿੱਚ ਜਦੋਂ ਤੁਸੀਂ ਇਹ ਚੀਜ਼ ਨੂੰ ਜ਼ਿਆਦਾ ਫੈਲਾਉਂਦੇ ਆ ਤੁਹਾਨੂੰ ਤੁਸੀਂ ਲੋਕਾਂ ਦੇ ਇਹ ਜਵਾਬ ਦੇ ਨਹੀਂ ਰਹਿ ਜਾਂਦੇ, ਕਿਉਂਕਿ ਤੁਸੀਂ ਉਹ ਇੱਕ ਰਿਲੀਜਨ ਦੇ ਬੇਸ ਦੇ ਉੱਤੇ ਵੋਟ ਲੈਣ ਦੇ ਲਈ ਅੱਗੇ ਆ ਜਾਂਦੇ ਆ, ਅਤੇ ਉਹ ਤੁਹਾਡੇ ਜਿਹੜੇ ਵੀ ਕਮੀਆਂ ਪੇਸ਼ੀਆਂ ਉਹਨੂੰ ਦੇਖਿਆ ਨਹੀਂ ਜਾਂਦਾ, ਵੈਰੀ ਈਜ਼ੀ ਵੇ ਆਫ ਗੈਟਿੰਗ ਇਲੈਕਟਡ। ਭਾਅ ਜੀ ਤੁਸੀਂ ਗੱਲ ਕੀਤੀ ਸੀ ਕਿ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਗਿਆ ਕਿ ਜਿਹੜੀ ਕੈਸਟ ਬੇਸਡ ਡਿਸਕ੍ਰਿਮੀਨੇਸ਼ਨ ਹੈ ਇਹ ਪਰਮਾਤਮਾ ਵੱਲੋਂ ਹੀ ਆ, ਤੁਹਾਡੇ ਕਰਮਾਂ 'ਤੇ ਬੇਸਡ ਹੈ ਜੀ, ਜਿਵੇਂ ਤੁਸੀਂ ਪੁਰਾਤਨ ਪੂਰਵਲੇ ਕਰਮ ਤੁਸੀਂ ਮਾੜੇ ਕੀਤੇ ਸੀਗੇ ਅਤੇ ਹੁਣ ਤੁਸੀਂ ਫਲਾਨੀ ਜਾਤੀ ਦੇ ਵਿੱਚ ਘਰੇ ਉਹਨਾਂ ਦੇ ਪੈਦਾ ਹੋ ਗਏ, ਇਹ ਜਿਹੜੀ ਇਹਨਾਂ ਨੇ ਮਨ ਘੜਤ ਆਪਣੀਆਂ ਚੀਜ਼ਾਂ ਬਣਾਈਆਂ ਨੇ, ਇਹਦੇ ਬਿਲਕੁਲ ਉਲਟ ਜੋ ਮੇਰੀ ਅੰਡਰਸਟੈਂਡਿੰਗ ਹੈ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦੇਖੀਏ ਤਾਂ ਭਗਤ ਨਾਮਦੇਵ ਜੀ ਵੀ ਕਹਿੰਦੇ ਨੇ ਕਿ ਇਹਨਾਂ ਨੇ ਕੀ ਕੀਤਾ ਹੈ ਪਰਮਾਤਮਾ ਦੇ ਬੰਦੇ ਜਿਹੜੇ ਠੇਕੇਦਾਰ ਬਣੇ ਹੋਏ ਨੇ ਮੰਦਰਾਂ ਦੇ ਵਿੱਚ ਦੂਸਰੇ ਇਨਸਾਨਾਂ ਨੂੰ ਆਉਣ ਨਹੀਂ ਦਿੰਦੇ, ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਦਿਨ ਤੋਂ ਹੀ ਜਦੋਂ ਜਨੇਊ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਨਾਂਹ ਕਰ ਦਿੱਤੀ। ਸੋ ਜਿਹੜਾ ਸਿੱਖੀ ਦਾ ਆ ਉਹ ਹਿੰਦੁੱਤਵਾ ਦੇ ਨਾਲ ਬ੍ਰਾਹਮਣਵਾਦੀ ਸੋਚ ਦੇ ਨਾਲ ਤਾਂ ਕੋਈ ਨਾਤਾ ਹੈ ਹੀ ਨਹੀਂ। ਬਿਲਕੁਲ, ਹੁਣ ਹਾਸੇ ਵਾਲੀ ਗੱਲ ਇਹ ਹੈ ਕਿ ਇਹਨਾਂ ਨੇ ਇੱਕ ਜਿਹੜਾ ਸਿੱਖ ਜਾਪਦਾ ਹੈ ਪਤਾ ਨਹੀਂ ਕਿਹੜੀ ਸੰਪਰਦਾ ਦਾ ਕੋਈ ਠਾਕੁਰ ਦਲੀਪ ਨਾਮ ਦਾ ਇੱਕ ਬੰਦਾ, ਇਹਨਾਂ ਨੇ ਸ਼ਿਕਾਗੋ ਆਪਣੀ ਵਰਲਡ ਹਿੰਦੂ ਕਾਂਗਰਸ 'ਤੇ ਲੈ ਕੇ ਆਏ ਔਰ ਉਸ ਉੱਥੇ ਸਪੀਚ ਦੇ ਰਿਹਾ ਕਿ ਹਮ ਤੋਂ ਹੈ ਹੀ ਹਿੰਦੂ। ਸੋ ਉਹਨੂੰ ਬੰਦੇ ਨੂੰ ਪੁੱਛੇ ਕਿ ਤੂੰ ਕਿਹੜੇ ਤਰੀਕੇ ਦੇ ਨਾਲ ਇਹ ਜਿਹੜਾ ਨਾਤਾ ਹੈ ਜੋੜ ਰਿਹਾ ਕਿ ਸਿੱਖਾਂ ਦਾ ਤਾਂ ਬਿਲਕੁਲ ਹੀ ਉਲਟ ਗਏ ਨੇ ਹਿੰਦੁੱਤਵਾ ਸੋਚ 'ਤੇ ਜਾਂ ਬ੍ਰਾਹਮਣਵਾਦੀ ਸੋਚ 'ਤੇ। ਸੋ ਪਤਾ ਨਹੀਂ ਵੀ ਉਹ ਕਿਹੜੇ ਤਰੀਕੇ ਦੇ ਨਾਲ ਇਹ ਜਿਹੜੀ ਉਹ ਗੱਲ ਕਰ ਰਿਹਾ ਹੈ। ਸੋ ਇਵੇਂ ਦੇ ਉਹਨਾਂ ਨੇ ਹੋਰ ਵੀ ਕਾਫੀ ਜਿਹੜੇ ਆਪਣੇ ਨੇ ਗੈਸਟ ਲੈ ਕੇ ਆਏ ਉਹ ਸ਼ਿਕਾਗੋ ਦੀ ਧਰਤੀ 'ਤੇ ਜਿੱਥੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਗਲਤ ਮੈਸੇਜ ਭੇਜਿਆ, ਕਿਉਂਕਿ ਹੁਣ ਸੁਣਨ ਵਾਲਾ ਜੇ ਕੋਈ ਅਮੈਰੀਕਨ ਸਿਟੀਜ਼ਨ ਹੈ ਜਾਂ ਕੋਈ ਆਮ ਜਿਹੜੇ ਮਤਲਬ ਵਿਅਕਤੀ ਨੇ ਉਹਨਾਂ ਨੇ ਵੀ ਬੱਚਿਆਂ ਨੇ ਵੀ ਸੁਣ ਕੇ ਇਹੀ ਕਹਿਣਾ ਵੀ ਹਾਂ ਜੀ ਅਸੀਂ ਹਿੰਦੂਆਂ ਦਾ ਹੀ ਅਸੀਂ ਅੰਗ ਹਾਂ, ਕਿਉਂਕਿ ਇਹਨਾਂ ਦੀ ਇੱਕ ਬਹੁਤ ਵੱਡੀ ਦੌੜ ਲੱਗੀ ਹੋਈ ਆ ਕਿ ਉਹ ਚਾਹੇ ਬੋਧੀ ਨੇ ਜੈਨੀ ਨੇ ਚਾਹੇ ਸਿੱਖ ਨੇ ਉਹਨਾਂ ਨੂੰ ਅਸੀਂ ਇਹ ਇਕਰਾਰ ਕਰ ਦਈਏ ਵੀ ਇਹ ਹਿੰਦੂਇਜ਼ਮ ਦਾ ਹੀ ਪਾਰਟ ਹੈ, ਕਿਉਂਕਿ ਜਿਵੇਂ ਆਮ ਤੌਰ 'ਤੇ ਉਹ ਕਹਿੰਦੇ ਨੇ ਨਾ ਕਿ ਸਾਡੀ ਇੰਡੀਆ ਦੇ ਵਿੱਚ ਮਜੋਰਟੀ ਹੈ, ਅਤੇ ਬੰਦਾ ਇਹਨਾਂ ਨੂੰ ਇਹ ਪੁੱਛੇ ਵੀ 65% ਨੂੰ ਤਾਂ ਤੁਸੀਂ ਦਲਿਤ ਨਾਮ ਲਾ ਦਿੱਤਾ ਹੋਇਆ ਹੈ। ਸੋ ਅਸੀਂ ਪ੍ਰੋਗਰਾਮ ਦੇ ਗੱਲ ਨੂੰ ਜਾਰੀ ਰੱਖਦੇ ਹਾਂ ਔਰ ਨਾਲ ਹੀ ਅਸੀਂ ਫੋਨ ਕਾਲਸ ਵੀ ਲੈਂਦੇ ਹਾਂ, ਪਰ ਉਸ ਤੋਂ ਪਹਿਲਾਂ ਲੈ ਲਈਏ ਇੱਕ ਛੋਟਾ ਜਿਹਾ ਬ੍ਰੇਕ। Fair Bluff community is so grateful for United Sinks to come and be helping to cook hot meals to serve the people that need to eat and have the food that they'll be able to have nourishment for their bodies. And we're so grateful and thankful for them coming to serve breakfast and hot lunches. And we can't even thank them enough because we are pretty much out of everything here. And families been coming together and the church been trying to help to feed one another so that they can. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਾਈ ਸ਼ੋ ਮਾਈ ਲਾਈਫ ਦੇ ਵਿੱਚ ਵਿਊਅਰਸ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਔਰ ਜਿਵੇਂ ਕਿ ਅਸੀਂ ਬ੍ਰੇਕ ਲੈਣ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਅਸੀਂ ਵਿਊਅਰਸ ਤੋਂ ਵੀ ਕਾਲਾਂ ਲਵਾਂਗੇ
ਔਰ ਸਾਡੇ ਨਾਲ ਇਸ ਵੇਲੇ ਗੈਸਟ ਸਪੀਕਰ ਨੇ ਸਰਦਾਰ ਭਜਨ ਸਿੰਘ ਜੀ ਭਿੰਡਰ ਜੋ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ। ਅਸੀਂ ਭਜਨ ਸਿੰਘ ਭਿੰਡਰ ਹੋਣਾ ਤੋਂ ਵੀ ਵਰਲਡ ਹਿੰਦੂ ਕਾਂਗਰਸ ਦੇ ਬਾਰੇ ਕੁਝ ਜਾਣਕਾਰੀ ਲੈਣੀ ਚਾਹਾਂਗੇ ਕਿਉਂਕਿ ਇਹਨਾਂ ਨੇ ਖੁਦ ਵੀ ਉੱਥੇ ਸ਼ਮੂਲੀਅਤ ਕੀਤੀ ਔਰ ਉਸ ਚੀਜ਼ ਦਾ ਡਟ ਕੇ ਵਿਰੋਧ ਕੀਤਾ। ਸਰਦਾਰ ਭਜਨ ਸਿੰਘ ਭਿੰਡਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। First of all, we would like to thank you for taking the time to call us and share the information with our viewers. Kyunki assi feel karde haan ke saadi Sikh community de vich jo Hindutva de bare proper information hai te education hai oh ja nahi rahi, kyunki jadon Hindutva da naam aunda hai te loki ehi kalla soch lende ne ke eh BJP te RSS da agenda hai। ਪਰ ਜਿਹੜੀ ਮੈਂ ਆਪਣੇ ਗੈਸਟ ਇੱਥੇ ਸਰਦਾਰ ਪਰਮਜੀਤ ਸਿੰਘ ਹੁਣੀ ਬੈਠੇ ਨੇ ਉਹਨਾਂ ਦੇ ਨਾਲ ਗੱਲ ਕਰ ਰਿਹਾ ਸੀਗਾ ਕਿ ਹਿੰਦੂਤਵ ਇਜ਼ ਨਾਟ ਜਸਟ ਲਿਮਿਟਡ ਟੂ BJP ਐਂਡ RSS, ਇਹ ਜਿੰਨੀਆਂ ਵੀ ਬ੍ਰਾਹਮਣਵਾਦੀ ਸਿਸਟਮ ਦੇ ਵਿੱਚ ਕੰਮ ਕਰਨ ਵਾਲੀਆਂ ਪੋਲੀਟੀਕਲ ਪਾਰਟੀਜ਼ ਕਹਿ ਲਓ, ਹੋਰ ਇੰਸਟੀਟਿਊਸ਼ਨਸ ਕਹਿ ਲਓ, ਉਹ ਸਾਰੇ ਹੀ ਹਿੰਦੂਤਵ ਦੇ ਨਾਲ ਦੂਜੇ ਹਿਊਮਨਸ ਦਾ ਸ਼ਿਕਾਰ ਖੇਡਣ ਨੂੰ ਫਿਰਦੇ ਨੇ। ਸੋ ਤੁਸੀਂ ਹੁਣ ਪਿਛਲੇ ਮਹੀਨੇ ਵਰਲਡ ਹਿੰਦੂ ਕਾਂਗਰਸ ਜੋ ਹੈ ਉਹਦੇ ਵਿੱਚ ਉੱਥੇ ਜਾ ਕੇ ਅਤੇ ਇਹਨਾਂ ਦਾ ਹਿੰਦੂਤਵ ਦੇ ਏਜੰਡੇ ਦਾ ਵਿਰੋਧ ਕੀਤਾ। ਸੋ ਸਾਡੇ ਵਿਊਅਰਸ ਨੂੰ ਤੁਸੀਂ ਕੀ ਦੱਸ ਸਕਦੇ ਹੋ ਇਸ ਵਿਰੋਧ ਦੇ ਬਾਰੇ ਕਿ ਤੁਹਾਨੂੰ ਕਿੰਝ ਲੱਗਿਆ ਕਿ ਕਿਉਂ ਜਾ ਕੇ ਉੱਥੇ ਵਿਰੋਧ ਕਰਨਾ ਹੈ ਉਹ ਜ਼ਰੂਰੀ ਹੈ? ਠੀਕ ਹੈ ਜੀ। ਜੀ ਜੀ। ਹੁਣ ਤੁਸੀਂ ਬੜੀ ਵਧੀਆ ਇੱਕ ਗੱਲ ਕੀਤੀ ਸੀ, ਮੈਂ ਤੁਹਾਡੀ ਗੱਲ 'ਚ ਵੀ ਗੱਲ ਕਾਂ ਪੁੱਛਦਾ ਹੈ ਕਿ ਤੁਸੀਂ ਇੱਕ ਗੱਲ ਬਹੁਤ ਵਧੀਆ ਕੀਤੀ ਕਿ ਜਿਹੜੇ ਉਸ ਸਮੇਂ ਦੇ ਧਾੜਵੀ ਸੀਗੇ, ਮਨੂਵਾਦੀ ਸੀਗੇ, ਬ੍ਰਾਹਮਣਵਾਦੀ ਸੋਚ ਦੇ ਧਾਰਨੀ ਸੀਗੇ, ਉਹਨਾਂ ਦੇ ਬਿਲਕੁਲ ਜੋ ਹੈ ਉਹ ਗੱਲ ਉਲਟ ਕੀਤੀ ਕਿ ਜਿਨ੍ਹਾਂ ਨੂੰ ਉਹ ਨੀਚੀ ਜਾਤ ਕਹਿੰਦੇ ਉਹਨਾਂ ਨੇ, ਗੁਰੂ ਨਾਨਕ ਪਾਤਸ਼ਾਹ ਨੇ ਧਰਮੀ ਉਹਨਾਂ ਦਾ ਤਿਆਰ ਕਰ ਦਿੱਤਾ। ਸੋ ਉਸ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਉੱਥੇ ਕੋਈ ਠਾਕੁਰ ਦਲੀਪ ਨਾਮ ਦਾ ਇੱਕ ਵਿਅਕਤੀ ਆਇਆ ਹੈ ਜਿਸ ਦੀ ਇੰਟਰਵਿਊ ਮੈਂ ਵੀ ਸੁਣੀ ਹੈ, ਔਰ ਜਦੋਂ ਉਹ ਬੋਲ ਰਿਹਾ ਸੀਗਾ ਵਰਲਡ ਹਿੰਦੂ ਕਾਂਗਰਸ ਦੇ ਵਿੱਚ ਤਾਂ ਉਹਨੇ ਕਿਹਾ ਕਿ ਹਮ ਤੋ ਹੈ ਹੀ ਹਿੰਦੂ, ਕਿਉਂਕਿ ਉਹ ਸਿੱਖੀ ਭੇਸ ਦੇ ਵਿੱਚ ਹੋਣ ਕਰਕੇ ਉਹਨੇ ਇਹ ਗੱਲ ਬੜੀ ਘਰੋੜ ਕੇ ਕਹੀ ਹੈ ਕਿ ਅਸੀਂ ਤਾਂ ਜੀ ਹੈ ਹੀ ਹਿੰਦੂਆਂ ਦਾ ਅੰਗ। ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਛੇਵੇਂ
ਪਾਤਸ਼ਾਹੀ, ਨੌਵੇਂ ਪਾਤਸ਼ਾਹੀ, ਦਸਵੇਂ ਪਾਤਸ਼ਾਹੀ, ਇਹ ਦਲੀਪ ਵਰਗੇ ਬੰਦਿਆਂ ਦੀ ਸੋਚਾਂ ਕਰਕੇ ਹੀ ਦਰਬਾਰ ਸਾਹਿਬ ਨਹੀਂ ਐਂਟਰ ਹੋ ਸਕੇ। ਸੋ ਇਹ ਕੋਈ ਨਵੀਂ ਗੱਲ ਨਹੀਂ, ਲਾਲੀ ਵਿੱਚ ਆ ਕੇ ਤੇ ਇਹ ਇਹ ਜੋ ਮੌਕੇ ਪ੍ਰਸਤ ਦੇ ਪ੍ਰਿਥੀ ਚੰਦ ਨੇ ਇਹ ਤੇ ਤੁਰਦਾ ਆਇਆ, ਇਹ ਦੋਵੇਂ ਪਾਈ ਸਾਈਡਸ ਆਫ ਇਕੁਏਸ਼ਨ ਹੈਗੇ ਨੇ। ਸੋ ਉਹਨਾਂ ਨੇ ਤੇ ਜੋ ਕਹਿਣਾ ਕਹਿਣਾ ਹੀ ਆ, ਅਸੀਂ ਉੱਤੇ ਮੈਂ ਤੇ ਜ਼ਿਆਦਾ ਡੋਂਟ ਵਾਂਟ ਇਵਨ ਪੇ ਅਟੈਂਸ਼ਨ ਟੂ ਦੈਟ। ਗੱਲ ਆ ਵੀ ਹਾਊ ਟੂ ਕਾਊਂਟਰ ਦੈਟ, ਹਾਊ ਟੂ ਕੀਪ ਜੋ ਗੁਰੂਆਂ ਦੀ ਸੋਚ ਆ ਉਹਨੂੰ ਗਾਂਹ ਕਿੱਦਾਂ ਲੈ ਕੇ ਚੱਲੀਏ, ਜੋ ਜੋ ਸਾਨੂੰ ਦਿੱਤੀ ਆ, ਜਿਹੜੇ ਜਿਹੜੇ ਟਾਈਮ ਟੈਸਟਡ, ਇੱਕ ਟਾਈਮ ਟੈਸਟਡ ਸਾਨੂੰ ਦਿੱਤਾ ਹੋਇਆ ਫਾਰਮੂਲਾ ਜਿਹਦੇ ਵਿੱਚ ਉਹਨਾਂ ਨੇ ਜਿੱਤ ਕਰਕੇ ਦਿਖਾਈ ਆ। ਔਰ ਅਸੀਂ ਸਾਰੇ ਉਹ ਐਕਚੁਲੀ ਉਹ ਤੁਸੀਂ ਹੋਏ, ਮੈਂ ਹੋਏ, ਪਰਮਜੀਤ ਵੀਰ ਜੀ ਹੋਏ, ਅਰਬਾਈ ਲੋਕ ਨੇ ਜਿਹੜੇ ਉਹ ਜਿੱਤ ਦੀ ਨਿਸ਼ਾਨੀ ਦੇ ਅੱਜ ਸਬੂਤ ਨੇ ਵੀ ਜਿਹੜੇ ਗੁਰੂਆਂ ਦੀ ਭਗਤਾਂ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ ਔਰ ਇੱਕ ਥਾਂ ਤੇ ਲੰਗਰ ਛਕਣ ਵਾਲੇ ਨੇ, ਉਹਨਾਂ ਦੀਆਂ ਤਰੱਕੀਆਂ ਬਹੁਤ ਹੋਈਆਂ। ਸੋ ਵਟ ਕੈਨ ਵੀ ਡੂ ਟੂ ਮੂਵ ਫੋਰਵਰਡ, ਦੈਟ ਮਾਈ ਆਨਸਰ ਟੂ ਦੈਟ ਜੀ। ਸੋ ਹੁਣ ਆਪਾਂ ਜਿਵੇਂ ਗੱਲ ਕਰ ਰਹੇ ਸੀਗੇ ਕਿ ਆਰ ਐਸ ਐਸ ਜਾਂ ਬੀਜੇਪੀ ਨੂੰ ਹਿੰਦੁੱਤਵਾ ਦਾ ਫੇਸ ਸਮਝਿਆ ਜਾਂਦਾ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇਹ ਮੈਂ ਵੀ ਪੜ੍ਹਦਾ ਆ ਰਿਹਾ ਕਿ ਇੱਥੇ ਇੱਕ ਜਿਹੜਾ ਇਨਫਲੂਐਂਸ ਵੈਸਟਰਨ ਵਰਲਡ ਦੇ ਵਿੱਚ ਉਹ ਹਿੰਦੁੱਤਵਾ ਦਾ ਵੱਧ ਰਿਹਾ ਹੈ, ਅਤੇ ਕਾਂਗਰਸ ਪਾਰਟੀ ਦੇ ਨਾਲ ਜਿਹੜਾ ਜਿਹਦਾ ਰਿਲੇਸ਼ਨ ਹੈ ਉਹ ਆਪਣਾ ਐਮ ਮੋਹਨਦਾਸ ਕਰਮਚੰਦ ਗਾਂਧੀ, ਉਹਨੂੰ ਗੋਲਡ ਮੈਡਲਿਸਟ ਕਰਾਰ ਕਰਨ ਦਾ ਜੋ ਫੈਸਲਾ ਹੈ ਅਮੈਰੀਕਾ ਦੇ ਹਾਊਸ ਆਫ ਰੈਪ੍ਰਜੈਂਟੇਟਿਵਸ ਦੇ ਵਿੱਚ ਉਹ ਬਿੱਲ ਫਲੋਰ 'ਤੇ ਲਿਆਂਦਾ ਗਿਆ ਹੈ ਮੇਰੇ ਖਿਆਲ ਨਾਲ ਸਬ ਕਮਿਟੀਜ਼ ਦੇ ਵਿੱਚ, ਉਸ ਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ? ਹਾਂਜੀ, ਸੋ ਤੁਸੀਂ ਵੇਖੋ ਕਿ ਮੋਹਨਦਾਸ ਕਰਮਚੰਦ ਗਾਂਧੀ ਤੋਂ ਪਹਿਲਾਂ ਵੀ ਵਿਵੇਕਾਨੰਦਾ ਔਰ ਰਵਿੰਦਰਨਾਥ ਟੈਗੋਰ ਆਦਿ ਜਿਹੜੀਆਂ ਇਹ ਟ੍ਰਾਮਨਿਕਲ ਮੈਂਟੈਲਿਟੀ ਦੇ ਹੈਗੇ ਨੇ, ਸਿਰਕਟਵੇਂ ਹਸਤੀਆਂ, ਇਹਨਾਂ ਨੂੰ ਵੈਸਟ ਦੇ ਵਿੱਚ ਜਿਹੜਾ ਹੈਗਾ ਪਰਮਾਨੰਦਾ ਹੰਸਾ ਜੋਗੀ, ਇਹ ਕੋਈ ਅੰਤ ਨਹੀਂ, ਇਹ ਇਹਨਾਂ ਦਾ ਸਿਸਟਮ ਆ ਜੀ, ਇੱਕ ਟ੍ਰਾਮਨਿਕਲ, ਇੱਕ ਇਹਨਾਂ ਦਾ ਵਰਕਿੰਗ ਮੈਥਡ ਆ, ਵਰਕਿੰਗ ਪੈਟਰਨ ਆ ਇਹਨਾਂ ਦਾ, ਕਿ ਕੋਈ ਚੀਜ਼ ਨੂੰ ਲਿਆ ਕੇ ਭਾਵੇਂ ਜਿੰਨੀ ਮਰਜ਼ੀ ਉਹ ਨਿਕੰਮੀ ਹੋਵੇ ਉਹਨੂੰ ਵੱਧ ਤੋਂ ਵੱਧ ਪੋਲਿਸ਼ ਕਰਕੇ, ਝੂਠ ਬੋਲ ਕੇ ਔਰ ਐਗਜ਼ੈਜਰੇਸ਼ਨ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣਾ ਜੀ, ਇਹ ਕੋਈ ਜਿਹੜੀ ਬੇਵਕੂਫੀ ਹੈ ਉੱਥੇ ਪੰਜਾਬ ਦੇ ਸਾਰੇ ਏਰੀਏ ਭਾਰਤ ਦੇ ਵਿੱਚ ਕਰਦੇ ਰਹੇ ਔਰ ਇਹ ਕੋਈ ਇਹਨਾਂ ਦੀ ਜਿਹੜੀ ਸ਼ਰਾਰਤ ਆ ਗੁਰੂ ਸਾਹਿਬ ਨੇ ਬਾਣੀ ਦੀ ਰਾਹੀਂ ਅੱਜ ਤੱਕ ਹੀ ਵਾਰ ਰਾਹੀਂ ਸਾਨੂੰ ਸਮਝਾ ਕੇ ਔਰ ਚੰਡ ਕੀਤਾ। ਇੱਥੇ ਵੀ ਜਿਹੜਾ ਇਹਨਾਂ ਦਾ ਐਫਰਟ ਆ ਵੀ ਇੱਕ ਜਿਹੜਾ ਵੈਸਟ ਆ, ਮਿਸਾਲ ਦੇ ਤੌਰ ਤੇ ਇਹ ਗਾਂਧੀ ਨੂੰ ਕਿੱਦਾਂ ਵਰਤ ਰਹੇ ਨੇ, ਹਾਂਜੀ, ਜਦੋਂ ਵੀਟਨਾਮ ਦੀ ਲੜਾਈ ਚੱਲੀ ਸੀ ਤੇ ਅਮੈਰੀਕਾ ਦੇ ਨਾਲ, ਇੱਥੇ ਬਹੁਤ ਸਾਰੇ ਪ੍ਰੋਟੈਸਟ ਹੋ ਰਹੇ ਸੀ ਸੜਕਾਂ ਦੇ ਉੱਤੇ, ਤੇ ਇੱਕ ਸਾਈਨ ਚੁੱਕ ਕੇ ਪੁੱਛਦੇ ਵੀ ਜੇ ਗਾਂਧੀ ਹੁੰਦਾ ਉਹ ਕੀ ਕਰਦਾ, ਗਾਂਧੀ ਦੇ ਪੂਰਨਿਆਂ ਤੇ ਚੱਲੋ। ਪਰ ਜਿਹੜੇ ਬੰਦਿਆਂ ਨੇ ਵੈਸਟ ਨੂੰ ਗਾਂਧੀ ਸੈੱਲ ਕੀਤਾ ਉਹ ਤੇ ਵੀਟਨਾਮ ਦੀ ਲੜਾਈ ਵਿੱਚ ਰਸ਼ੀਆ ਦਾ ਸਾਥ ਦੇ ਰਹੇ ਸਨ, ਤੇ ਜਦੋਂ ਅਮੈਰੀਕਾ ਉੱਥੋਂ ਹਾਰ ਗਿਆ, ਜਿਹੜਾ ਪਹਿਲਾ ਕੰਟਰੀ ਜਿਹਨੇ ਕਮਿਊਨਿਸਟ ਵੀਟਨਾਮ ਨੂੰ ਰੈਕਗਨਾਈਜ਼ ਕੀਤਾ ਉਹ ਇੰਡੀਆ ਸੀ। ਅੱਛਾ ਜੀ, ਇਹ ਜੋ ਗਾਂਧੀ ਫੀਨੋਮੀਨਾ ਹੈ ਇਹ ਇੱਕ ਇੰਡੀਆ ਵਾਸਤੇ ਨਿਊਕਲੀਅਰ ਬੰਬ ਨੂੰ ਵੀ ਜ਼ਿਆਦਾ ਇਹ ਇੱਕ ਇੰਪੋਰਟੈਂਟ ਇਹਨਾਂ ਦਾ ਹਥਿਆਰ ਆ, ਲੋਕਾਂ ਦੇ ਦਿਮਾਗਾਂ ਵਿੱਚ, ਦਿਲ ਦੇ ਵਿੱਚ ਕਿੱਦਾਂ ਵਸਣਾ, ਚਾਹੇ ਯੋਗਾ ਰਾਹੀਂ ਵਸੀਏ, ਚਾਹੇ ਗਾਂਧੀ ਦੀ ਜਿਹੜੀ ਇਹ ਝੂਠੀ ਹੈਗੀ ਆ ਸ਼ੋਹਰਤ ਇਹਦੇ ਰਾਹੀਂ ਟਿਕੀਏ, ਤਾਂ ਕਿ ਵਿੱਚ ਵੜ ਕੇ ਅਗਲਿਆਂ ਦੇ ਘਰਾਂ ਦੇ ਵਿੱਚ, ਦਿਲਾਂ ਦੇ ਵਿੱਚ, ਦਿਮਾਗ ਦੇ ਵਿੱਚ, ਤੇ ਫਿਰ ਵੱਡਾ ਨੁਕਸਾਨ ਕਰੀਏ ਉਹਨਾਂ ਦਾ। ਜੀ, ਜਿਵੇਂ ਪਿੱਛੇ ਜੇ ਇਹਨਾਂ ਨੇ ਇਹਦੇ ਨਾਲ ਜੁੜਦੀ ਮੈਂ ਗੱਲ ਕਰਦਾ ਕਿ ਇਹਨਾਂ ਨੇ ਕਾਉਡੇ ਵੀ ਸੈਲੀਬ੍ਰੇਟ ਕੀਤਾ ਸੀਗਾ ਕੈਲੀਫੋਰਨੀਆ ਦੇ ਵਿੱਚ। ਹਾਂਜੀ ਹਾਂਜੀ, ਕਾਉਡੇ ਕੀ, ਹੋਲੀ ਕੀ, ਇਹਨਾਂ ਦੇ ਕੋਈ ਯੋਗਾ ਕੀ, ਇਹਦੇ ਕੋਈ ਅੰਤ ਨੀ, ਕਿੰਨਾ ਇੰਨਾ ਕੁਛ ਮਗਰੀ 33 ਕਰੋੜ ਜਿਹਨਾਂ ਦੇ ਦੇਵੀ ਦੇਵਤੇ ਆ, ਮੈਨੂੰ ਲੱਗਦਾ ਵੀ ਉੱਥੇ 33 ਬਿਲੀਅਨ ਟ੍ਰਿਲੀਅਨ ਇਹਨਾਂ ਦੇ ਇਹੋ ਜਿਹੇ ਟ੍ਰਿਕਸ ਹੁੰਦੇ ਨੇ ਜਿਹੜੇ ਮੈਜੀਸ਼ੀਅਨ ਦੇ, ਜਿਹੜੀ ਆਪਣੇ ਟੋਪੀ ਤੋਂ ਵਿੱਚੋਂ ਕੱਢ ਕੇ ਕਦੀ ਕੋਈ ਸਬਜ਼ ਪਾ, ਕਦੇ ਕੋਈ ਸਬਜ਼ਾ ਚੁਕਾਉਣਾ। ਗੱਲ ਇਸ ਵੇਲੇ ਸਾਡੀ ਆ ਵੀ ਅਸੀਂ ਨਾ ਡਿਵਾਈਡ ਹੋਈਏ ਵੀ ਇਹ ਬੀਜੇਪੀ ਆ ਕਾਂਗਰਸ ਆ, ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਕਲੀਅਰ ਹੋ ਗਿਆ, ਐਮਰਜੈਂਸੀ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਸਾਥ ਦਿੱਤਾ ਆਰ ਐਸ ਐਸ ਨੇ ਦਿੱਤਾ ਇੰਦਰਾ ਗਾਂਧੀ ਨੂੰ, ਤੇ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਹਦੇ ਵਿੱਚ ਅਡਮਾਨੀ ਵੀ ਆਪ ਸਾਰੇ ਕਹਿੰਦੇ ਵੀ ਅਸੀਂ ਮਗਰ ਪੂਰਾ ਪ੍ਰੈਸ਼ਰ ਪਾਇਆ, ਉਹ ਥੋੜੀ ਬਹੁਤੀ ਛਕਦੀ ਸੀ ਇੰਦਰਾ ਗਾਂਧੀ ਪਰ ਅਸੀਂ ਮਗਰ ਉਹਨਾਂ ਨੂੰ ਪੂਰਾ ਪ੍ਰੈਸ਼ਰ ਪਾਇਆ। ਔਰ ਜੋਨ ਦਿਆਲ ਜੋ ਕ੍ਰਿਸਚਨ ਹੈਗਾ ਸਭ ਤੋਂ ਵੱਡਾ ਲੀਡਰ, ਉਹਦੀ ਹੁਣੇ ਵੀਡੀਓ ਆਈ ਆ, ਤੁਸੀਂ ਆਪਣੇ ਸਰੋਤਿਆਂ ਨੂੰ ਸ਼ੇਅਰ ਕਰਿਓ ਆਪਣੇ ਫੇਸਬੁੱਕ ਤੇ, ਉਹ ਕਹਿੰਦਾ ਮੇਰੇ ਕੋਲ ਕੋਈ ਕਮਿਸ਼ਨ ਨਹੀਂ ਆ ਰਿਹਾ,
ਸਾੜੀਆਂ ਔਰ ਟੈਰ ਪਾ ਕੇ ਘਰਾਂ ਦੇ ਵਿੱਚ ਸਾੜੇ। ਠੀਕ ਹੈ ਠੀਕ ਹੈ। ਇਸ ਦੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਕਿ ਉਹ ਕਹਿੰਦਾ ਮੈਂ ਕਿੰਨੀ ਵਾਰੀ ਕਿਹਾ ਮੈਨੂੰ ਪੁੱਛੋ ਆ ਕੇ ਮੈਂ ਗਵਾਹੀ ਦੇਣੀ ਚਾਹੁੰਦਾ ਮੈਂ ਵਿਟਨੈਸ ਹਾਂ ਔਰ ਬਹੁਤ ਮੰਨਿਆ ਪਰ ਮੰਨਿਆ ਉਸ ਦਲਿਤ ਲੀਡਰ ਕ੍ਰਿਸ਼ਨ ਭਾਰਤ ਦਾ ਜੋਨ ਦਿਆਲ। ਇਸ ਦੇ ਨਾਲ ਜਿਹੜੀ ਗੱਲ ਨਾਲ ਜੁੜਦੀ ਆ ਵੀ ਆਰ ਐਸ ਐਸ ਬੀਜੇਪੀ ਔਰ ਗਾਂਧੀ ਜੇ ਤੁਸੀਂ ਨੱਥੂ ਰਾਮ ਗੋਡਸੇ ਦੇ ਵਿੱਚ ਤੇ ਗਾਂਧੀ ਦੀ ਕਲੋਮ ਉਹ ਇਹ ਨਹੀਂ ਵੀ ਉਹ ਕੌਣ ਹਿੰਦੁਤਵਾਂ ਨੂੰ ਬਿਲੀਵ ਕਰਦਾ ਜਾਂ ਨਹੀਂ। ਗੋਡਸੇ ਕਹਿੰਦਾ ਵੀ ਇਹ ਗਾਂਧੀ ਸਲੋ ਚੱਲ ਰਿਹਾ ਇਹਦਾ ਲੌਂਗ ਟਰਮ ਪਲਾਨ ਨਾਲ ਸਾਰਿਆਂ ਨੂੰ ਬੁੱਕਲ ਦੇ ਵਿੱਚ ਸਹੀਏ ਸਹੀਏ ਮਾਰੋ ਉਹ ਕਿਤੇ ਹੁਣੇ ਹੁਣੇ ਖਤਮ ਕਰੋ ਕੰਮ ਕਦੇ ਕਰਕੇ ਬੀਜੇਪੀ ਹੁਣ ਸੱਤਾ ਤੇ ਆਈ ਹੈ। ਕਾਂਗਰਸ ਬੀਜੇਪੀ ਦੀ ਆਈਡੀਓਲੋਜੀ ਸਲੋ ਡੈਥ ਸਲੋ ਪੋਇਜ਼ਨਿੰਗ ਇਹ ਫਾਸਟ ਕਰਨ ਲੱਗ ਪਏ ਨੇ ਵੀ ਰਾਈਟ ਵੇ ਕੰਮ ਕਰ ਦਿਓ ਸਾਰਿਆਂ ਦਾ ਆਈਡੀਓਲੋਜੀ ਉਹ ਹੀ ਆ ਉਹਦੇ ਅੱਜ ਵੀ ਤੁਹਾਡੇ ਸਾਹਮਣੇ ਆਰ ਐਸ ਐਸ ਦੇ ਕੰਮ ਕਰਨ ਦੇ ਤਰੀਕੇ ਬੀਜੇਪੀ ਦੇ ਨਾਲ ਹੋਇਆ ਕਿ ਲਿੰਚਿੰਗ ਮਿਲੀਟੈਂਸੀ ਵੀ ਰਾਈਟ ਵੇ ਇਹ ਕੰਮ ਹੋਣਾ ਚਾਹੀਦਾ ਮਿੰਟਾਂ ਸਕਿੰਟਾਂ ਚ। ਗਾਂਧੀ ਤੋਂ ਇਹਦਾ ਹੈਗੀ ਸੀ ਕਾਂਗਰਸੀ ਉਹ ਕਹਿੰਦੇ ਕਾਰਬਨ ਮੋਨੋਆਕਸਾਈਡ ਸਲੋ ਪੋਇਜ਼ਨਿੰਗ ਦੋ ਵੀ ਬੰਦਾ ਉੱਠੇ ਹੀ ਨਾ। ਇਹ ਗੱਲ ਦੀ ਇਸ ਬੈਕਗਰਾਉਂਡ ਦੇ ਵਿੱਚ ਤੁਸੀਂ ਇਹ ਗਾਂਧੀ ਫੀਨੋਮੀਨਾ ਸਮਝੋਗੇ ਵੀ ਉਹ ਗਾਂਧੀ ਨੂੰ ਕਿਉਂ ਮਾਰਿਆ ਬਿਕੋਜ਼ ਹੀ ਵਾਸ ਨਾਟ ਕੁਇਕ ਇਨਫ ਫੋਰ ਦ ਐਕਸਟ੍ਰੀਮ ਰਾਈਟ ਵਿੰਗ ਫਨੈਟਿਕ ਆਰ ਐਸ ਐਸ। ਸੋ ਮੈਂ ਸੋਰੀ ਤੁਹਾਡੀ ਗੱਲ ਇੱਥੇ ਕੱਟਦਾ ਔਰ ਮੈਂ ਵਾਪਸ ਲੈ ਕੇ ਆਉਣਾ ਚਾਹੁੰਦਾ ਕਿਉਂਕਿ ਸਾਡਾ ਅੱਜ ਦਾ ਟੌਪਿਕ ਸੀਗਾ ਕਿ ਹਿੰਦੁੱਤਵ ਇਨ ਦ ਵੈਸਟਰਨ ਵਰਲਡ ਐਂਡ ਇਟਸ ਗਰੋਇੰਗ ਇਨਫਲੂਐਂਸ। ਸੋ ਜਿਹੜੀ ਆਪਾਂ ਮੈਂ ਤੁਹਾਡਾ ਧਿਆਨ ਵਾਪਸ ਉਸ ਬਿੱਲ 'ਤੇ ਲੈ ਕੇ ਆਉਂਦਾ ਕਿ ਜਿਹੜਾ ਹਾਊਸ ਆਫ ਰੈਪ੍ਰਜੈਂਟੇਟਿਵਸ ਦੇ ਵਿੱਚ ਬਿੱਲ ਇੰਟਰੋਡਿਊਸ ਕੀਤਾ ਗਿਆ ਹੈ ਉਸਦੇ ਤੁਸੀਂ ਕੋ ਸਪੋਂਸਰਸ ਦੀ ਲਿਸਟ ਪੜ੍ਹੀ ਹੈ? ਅੱਛਾ ਜੀ, ਏਮੀ ਬੈਰਾ ਜੋ ਹੈ ਇਹ ਕੈਲੀਫੋਰਨੀਆ ਤੋਂ ਹੈ, ਰਾਈਟ? ਸੋ ਇਹਨੂੰ ਸਿੱਖਾਂ ਦੀਆਂ ਵੋਟਾਂ ਵੀ ਮਿਲੀਆਂ ਹੋਣਗੀਆਂ। ਸਾਰੀ ਇਨਫੋਰਮੇਸ਼ਨ ਹੈਗੀ ਆ
ਜੀ ਮਿਹਰਬਾਨੀ ਬਹੁਤ ਸਾਹਿਬ ਬਹੁਤ ਸਾਰੀ ਭਿੰਡਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਸਾਡੇ ਨਾਲ ਲਾਈਨ 'ਤੇ ਜੁੜ ਕੇ ਸਾਨੂੰ ਅਤੇ ਸਾਡੇ ਸਰੋਤਿਆਂ ਨੂੰ ਬਹੁਤ ਸਾਰੀ ਇਨਫੋਰਮੇਸ਼ਨ ਜੋ ਹੈ ਉਹ ਤੁਸੀਂ ਪ੍ਰਦਾਨ ਕੀਤੀ ਹੈ। ਇਸ ਦੇ ਨਾਲ ਹੀ ਮੈਂ ਫਤਿਹ ਕਹਾਉਂਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੈਕ ਟੂ ਦ ਸਟੂਡੀਓ ਦਰਸ਼ਕੋ, ਸਾਡੇ ਨਾਲ ਇਵੇਂ ਹੀ ਜੁੜੇ ਰਹੋ। ਇੱਕ ਆਪਾਂ ਅਗਲਾ ਸੈਗਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। And my agents. We look forward to earn your business and we do speak your language. Thank you. ਵੈਲਕਮ ਬੈਕ ਟੂ ਦ ਸ਼ੋਅ ਵਿਊਅਰਸ। ਸੋ ਅਸੀਂ ਗੱਲ ਜਾਰੀ ਰੱਖਦੇ ਹਾਂ ਭਾਜੀ ਪਰਮਜੀਤ ਸਿੰਘ ਹੋਣਾ ਨਾਲ, ਜਿਵੇਂ ਕਿ ਭਿੰਡਰ ਸਾਹਿਬ ਹੋਣਾ ਨੇ ਵੀ ਸਾਨੂੰ ਕਾਫੀ ਸਾਰੀ ਜਾਣਕਾਰੀ ਦਿੱਤੀ ਜੋ ਨਵਾਂ ਬਿੱਲ ਇਹਨਾਂ ਨੇ ਹਾਊਸ ਦੇ ਫਲੋਰ 'ਤੇ ਲਿਆਂਦਾ ਹੈ ਜਿਸ ਦੇ ਵਿੱਚ ਗਾਂਧੀ ਨੂੰ ਗੋਲਡ ਮੈਡਲ ਦਿਵਾਉਣ ਜਾ ਰਹੇ ਨੇ। ਤੁਹਾਡੇ ਖਿਆਲ ਦੇ ਨਾਲ ਇਸ ਚੀਜ਼ ਨੂੰ ਕਾਊਂਟਰ ਕਿਵੇਂ ਕਰਨਾ ਚਾਹੀਦਾ ਹੈ, ਕਿਉਂਕਿ ਇੱਕ ਬੰਦਾ ਜਿਹੜਾ ਪ੍ਰੂਵਨ ਮਤਲਬ ਕਿ ਬਲਾਤਕਾਰੀ ਵੀ ਹੈ, ਉਹ ਕੈਸਟ ਵੀ ਹੈ, ਕੈਸਟ ਦੇ ਬੇਸ 'ਤੇ ਵੀ ਡਿਸਕ੍ਰਿਮੀਨੇਸ਼ਨ ਕਰਦਾ ਰਿਹਾ, ਸਕਿਨ ਕਲਰ ਹੀ ਇਜ਼ ਰੇਸਿਸਟ ਬੇਸਡ ਔਨ ਰੇਸ, he was discriminating other people. What is your opinion on it? Haan ji, Pinder sahab ne already unhone ek option sun dassi hai ki ya sade kol jo facts ne oh assi lai ke congressman unhan de kol jaiye jehde vi sade regional area de vich hage ne te eh gall ahi unhan tak pahunchaiye te naal de naal jehde assi hor apne warge volunteer people ne jo eh sari jo information hai assi unhan naal vi share kariye taaki unhan nu assi counter kar sake assi ਜੋ ਝੂਠ ਹੈ ਉਹਨੂੰ ਜਿੱਦਾਂ ਉਹਨਾਂ ਨੇ ਪਿੰਟਰ ਸਾਹਿਬ ਨੇ ਕਿਹਾ ਹੈ ਕਿ ਜੇ ਸੱਚ ਬੋਲਣ ਵਾਲੇ ਲੋਕ ਜ਼ਿਆਦਾ ਘੇਸਲੀ ਮਾਰ ਕੇ ਸੁੱਤੇ ਹੋਏ ਆ ਤਾਂ ਫਿਰ ਝੂਠ ਜਿੱਤ ਜਾਵੇਗਾ ਜੀ। ਅਤੇ ਇਹ ਓਵਰ ਦਾ ਪੀਰੀਅਡ ਆਫ ਹਿਸਟਰੀ ਆਫ ਦਾ ਟਾਈਮ ਇਹ ਹੁੰਦਾ ਰਿਹਾ, ਕਦੀ ਸਾਡੇ ਪਾਸੇ ਤਾਂ ਕਦੀ ਝੂਠ ਬੋਲਣ ਵਾਲਾ ਜਿੱਦਾਂ ਰਿਹਾ ਅਤੇ ਕਦੀ ਸੱਚ ਬੋਲਣਾ, ਪਰ ਇਹੀ ਹੈ ਕਿ ਜਿਹਨੇ ਉਦੋਂ ਹਿੰਮਤ ਮਾਰ ਲਈ। ਅਤੇ ਮੇਰੇ ਖਿਆਲ ਇਹ ਆ ਕਿ ਕਾਂਗਰਸਮੈਨ ਨਾਲ ਆਪਾਂ ਸਾਰੇ ਆਪਣੇ ਆਪਣੇ ਏਰੀਏ ਦੇ ਵਿੱਚ ਜਾ ਕੇ ਮਿਲੀਏ, ਜੋ ਵੀ ਸਾਡੇ ਕੋਲ ਪੂਰੀ ਇਨਫੋਰਮੇਸ਼ਨ ਹੈਗੀ ਉਹਨਾਂ ਨਾਲ ਬਾਕੀਆਂ ਨਾਲ ਵੀ ਆਪਾਂ ਸ਼ੇਅਰ ਕਰੀਏ, ਤਾਂ ਹੋਰ ਵੱਧ ਤੋਂ ਵੱਧ ਜਿਹੜੀ ਕਮਿਊਨਿਟੀ ਹੈ ਆਪਣੀ ਜਿਹੜੇ ਕਿ ਉਹ ਸੱਚ ਦੇ ਰਾਹ 'ਤੇ ਚੱਲਣਾ ਚਾਹੁੰਦੇ ਆ ਉਹਨਾਂ ਨੂੰ ਇਹ ਆਪਾਂ ਇੱਕ ਲਾਂ ਨਾਲ ਸ਼ੇਅਰ ਕਰੀਏ, ਉਹਨਾਂ ਨੂੰ ਇਸ ਵਾਸਤੇ ਜਾਣੂ ਕਰਾਈਏ ਕਿ ਜੇ ਅਸੀਂ ਇਸ ਸੱਚ ਦੀ ਲੜਾਈ ਦੇ ਵਿੱਚ, ਇਹ ਆਖਰੀ ਲੜਾਈ ਹੈ ਮੈਂ ਤਾਂ ਇਹ ਕਹਾਂਗਾ, ਕਿਉਂਕਿ ਜਿੱਦਾਂ ਉਹਨਾਂ ਦਾ ਇਨਫਲੂਐਂਸ ਵੱਧ ਰਿਹਾ ਹੈ, ਜਾਂ ਤਾਂ ਅਸੀਂ ਇਹਦੇ ਵਿੱਚ ਦੋ ਹੀ ਆਪਸ਼ਨਾਂ ਨੇ ਇਹਦੇ ਵਿੱਚ, ਕਿਉਂਕਿ ਜਿੰਨੀ ਤੇਜ਼ੀ ਨਾਲ ਉਹ ਵੱਧ ਰਹੇ ਨੇ ਅਤੇ ਸਾਡੇ ਲੋਕ ਹਾਲੇ ਸਿਰਫ ਆਪਣੀਆਂ ਰਜਾਈ ਦੀਆਂ ਬੁੱਕਲਾਂ 'ਚੋਂ ਉੱਠੇ ਵੀ ਨਹੀਂ ਹੈਗੇ, ਅਤੇ ਦੋ ਹੀ ਆਪਸ਼ਨ ਹੈ, ਜਾਂ ਤਾਂ ਫਿਰ ਅਸੀਂ ਬੁੱਧਿਜ਼ਮ ਦੀ ਤਰ੍ਹਾਂ ਸਾਡਾ ਨਾਸ਼ ਹੋ ਜਾਏਗਾ ਅਤੇ ਬਿਲਕੁਲ ਅਸੀਂ ਸਾਡਾ ਇਨਫਲੂਐਂਸ ਜੋ ਵੀ ਹੈ ਆਪਣੇ ਮਦਰਲੈਂਡ ਦੇ ਉੱਥੇ ਜ਼ੀਰੋ ਹੋ ਜਾਏਗਾ, ਅਤੇ ਹੌਲੀ ਹੌਲੀ ਉਹ ਜੋ ਸਾਡਾ ਜੋ ਸਿੱਖੀ ਸਾਨੂੰ ਦਿੱਤੀ ਹੈ ਗੁਰੂ ਪੀਰਾਂ ਨੇ ਅਤੇ ਉਹ ਵੀ ਉੱਥੋਂ ਖਤਮ ਹੋ ਜਾਏਗੀ, ਜਾਂ ਫਿਰ ਸਾਨੂੰ ਉੱਠ ਕੇ ਫਿਰ ਖੜ੍ਹੇ ਹੋ ਕੇ ਇਸ ਨੂੰ ਸੱਚਾਈ ਦਾ ਸਾਥ ਦੇਣਾ ਸਾਨੂੰ ਹੋਏਗਾ, ਤਾਂ ਹੀ ਅਸੀਂ ਕੁਛ ਅੱਗੇ ਵੱਧ ਸਕਾਂਗੇ ਅਤੇ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਅਸੀਂ ਦੱਸ ਸਕਾਂਗੇ ਕਿ ਅਸੀਂ ਵੀ ਉਸ ਜੋ ਸੰਘਰਸ਼ ਪਿਛਲੇ ਤਕਰੀਬਨ ਸਦੀਆਂ ਤੋਂ ਹੀ ਚੱਲਿਆ ਆ ਰਿਹਾ ਅਤੇ ਸਿੱਖੀ ਦੇ ਵਿੱਚ ਪਿਛਲੇ 4-5 ਸਾਲ ਤੋਂ ਚੱਲ ਰਿਹਾ ਅਤੇ ਇਹ ਤਾਂ ਕਿ ਅਸੀਂ ਵੀ ਉਸ ਜੰਗ ਦੇ ਸਿਪਾਹੀ ਸੀਗੇ ਅਤੇ ਅਸੀਂ ਉਸ ਜਿਹੜਾ ਸਾਡਾ ਕਾਰਵਾ ਸੀ ਅਸੀਂ ਉਹਨੂੰ ਖਿੱਚ ਕੇ ਅੱਗੇ ਲੈ ਕੇ ਆਏ ਹਾਂ ਅਤੇ ਅਸੀਂ ਉਸਨੂੰ ਜੇ ਅਸੀਂ ਅੱਗੇ ਨਹੀਂ ਲਿਜਾ ਸਕੇ ਤਾਂ ਉਹਨੂੰ ਪਿੱਛੇ ਵੀ ਨਾ ਜਾਣ ਦਈਏ, ਅਸੀਂ ਉਸਨੂੰ ਉਸ ਜੰਗ ਨੂੰ ਜਾਰੀ ਰੱਖੀਏ ਅਤੇ ਅਸੀਂ ਤਾਂ ਕਿ ਅਸੀਂ ਵੀ ਆਪਣੇ ਬੱਚਿਆਂ ਦੇ ਲਈ ਕੋਈ ਬਹੁਤ ਵਧੀਆ ਐਗਜ਼ਾਮਪਲ ਸੈੱਟ ਕਰ ਸਕੀਏ ਜੀ। ਕਿਉਂਕਿ ਹੁਣ ਤੁਸੀਂ ਗੱਲ ਕੀਤੀ ਸੀਗੀ ਕਿ ਸਾਡਾ ਜਿਹੜਾ ਇਨਫਲੂਐਂਸ ਹੈ ਉੱਥੇ ਪੰਜਾਬ ਦੀ ਧਰਤੀ 'ਤੇ ਜਾਂ ਭਾਰਤ ਦੇ ਵਿੱਚ ਜਿਹੜਾ ਉਹ ਖਤਮ ਨਾ ਹੋ ਜਾਵੇ, ਮੇਰੇ ਖਿਆਲ ਨਾਲ ਇਹ ਗੱਲ ਇਕੱਲੀ ਪੰਜਾਬ ਜਾਂ ਭਾਰਤ ਤੱਕ ਸੀਮਿਤ ਨਹੀਂ ਰਹੀ, ਕਿਉਂਕਿ ਅਸੀਂ ਇੱਥੇ ਤੱਕ ਪਹੁੰਚ ਚੁੱਕੇ ਹਾਂ ਅਮਰੀਕਾ ਦੇ ਵਿੱਚ ਅਤੇ ਇਹਨਾਂ ਦੇ ਜਿਹੜੇ 5 ਹੁਣ ਹਿੰਦੂ ਅਮੈਰੀਕਨ ਕਾਂਗਰਸ ਨੇ ਕਾਂਗਰਸ ਮੈਨ ਐਂਡ ਵੂਮੈਨ ਨੇ ਉਹ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਕਿਉਂਕਿ ਜਿੰਨੀਆਂ ਵੀ ਮੂਲ ਨਿਵਾਸੀ ਲੋਕ ਜਿਹੜੇ ਨੇ ਉਹਨਾਂ ਦੇ ਇਹਨਾਂ ਨੇ ਐਂਟੀ ਹੀ ਏਜੰਡਾ ਜਿਹੜਾ ਆਪਣਾ ਲੈ ਕੇ ਜਾਣਾ ਹੈ। ਔਰ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਇੱਥੇ ਬੈਠੇ ਸੋਚੀਏ ਕਿ ਕੀ ਅਸੀਂ ਅਮਰੀਕਾ ਦੇ ਵਿੱਚ ਆ ਕੇ ਵੀ ਇਹਨਾਂ ਦੀ ਪਕੜ ਤੋਂ ਬਾਹਰ ਹੈਗੇ ਹਾਂ ਜਾਂ ਨਹੀਂ ਹੈਗੇ। ਸੋ ਆਪਸ਼ਨ ਇਜ਼ ਆਰਸ। ਬਿਲਕੁਲ, ਸਾਨੂੰ ਉੱਠ ਕੇ ਬੜੀ ਹਿੰਮਤ ਕਰਨੀ ਪਏਗੀ, ਕਿਉਂਕਿ ਅਸੀਂ ਜੇ ਆਪਣੇ ਗੁਰੂ ਪੀਰਾਂ ਦੇ ਅਸੀਂ ਉਹ ਬਹਾਦਰ ਬੱਚੇ ਹਾਂ ਤਾਂ ਸਾਨੂੰ ਬਿਲਕੁਲ ਸੇਮ ਉਸੇ ਹੀ ਮਿਹਨਤ ਅਤੇ ਤਾਕਤ ਦੇ ਨਾਲ ਲੜਨਾ ਪਏਗਾ। ਅਸੀਂ ਇਹ ਨਹੀਂ ਉਮੀਦ ਕਰ ਸਕਦੇ ਕਿ ਕੋਈ ਸਾਡੇ ਲਈ ਉੱਠ ਕੇ ਲੜਾਈ ਕਰੇਗਾ। ਜੇ ਦਸਮ ਪਿਤਾ ਨੇ ਉਹਨਾਂ ਨੇ ਉੱਠ ਕੇ ਖੜੇ ਨਹੀਂ ਹੁੰਦੇ ਤਾਂ ਸਿੱਖਿਜ਼ਮ ਅਤੇ ਜਿਹੜੀ ਅਨਿਆਏ ਦੇ ਖਿਲਾਫ਼ ਲੜਨ ਦੀ ਜੰਗ ਸੀ ਉਹ ਬਹੁਤ ਪਹਿਲਾਂ ਹੀ ਖਤਮ ਹੋ ਜਾਣੀ ਸੀ। ਉਹ ਹਾਲੇ ਵੀ ਜਿੱਦਾਂ ਪਿੰਡਰ ਸਾਹਿਬ ਹੋਣੀ ਕਿਹਾ ਕਿ ਅਸੀਂ ਉਸ ਜੰਗ ਦੇ ਜੇ ਅਸੀਂ ਬੱਚੇ ਇੱਥੇ ਤੱਕ ਪਹੁੰਚੇ ਹਾਂ, ਅਸੀਂ ਉਸ ਜਿਹੜੀ ਜੰਗ ਚੱਲ ਰਹੀ ਹੈ ਸਦੀਆਂ ਤੋਂ ਉਸ ਦੇ ਅਸੀਂ ਸਿਪਾਹੀ ਹਾਂ, ਅਤੇ ਸਾਨੂੰ ਚਾਹੀਦਾ ਕਿ ਅਸੀਂ ਆਪਣੀ ਤਾਕਤ ਨੂੰ ਵਧਾਈਏ, ਅਸੀਂ ਹੋਰ ਆਪਣੇ ਲੋਕਾਂ ਨੂੰ ਇਹ ਜੋ ਸੱਚਾਈ ਆ ਉਹ ਸ਼ੇਅਰ ਕਰ ਸਕੇ। ਇਸ ਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ, ਝੂਠ ਤਾਂ ਇਹ ਫੈਲਾ ਰਹੇ, ਅਸੀਂ ਸਾਨੂੰ ਆਪਣੀ ਸੱਚਾਈ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਈਏ, ਅਤੇ ਉਹ ਸਾਨੂੰ ਉਹਨਾਂ ਨੂੰ ਪਤਾ ਹੈ ਅਤੇ ਉਹ ਹੌਲੀ ਜਿੱਦਾਂ ਵੀ ਲੋਕਾਂ ਨੂੰ ਸਮਝ ਲੱਗੇਗੀ ਉਹ ਆਪਣਾ ਸਾਥ ਦੇਣਗੇ ਅਤੇ ਅਸੀਂ ਇਸ ਲੜਾਈ ਵਿੱਚ ਤਕੜੇ ਹੋ ਕੇ ਨਿਪਟ ਸਕਾਂਗੇ। ਭਾਅ ਜੀ ਪਰਮਜੀਤ ਸਿੰਘ ਜੀ, ਸਟੂਡੀਓ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿਊਅਰਸ ਦੇ ਨਾਲ ਇਨਫੋਰਮੇਸ਼ਨ ਜੋ ਹੈ ਉਹ ਸਾਂਝੀ ਕੀਤੀ ਹੈ। ਅਤੇ ਵਿਊਅਰਸ, ਅੱਗੇ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।